पी तू है सलाहन आखन लहे ना चाओ मैं एक होर अर्ज करा आ 30 तारीख नु आ रहा जी साका मैं थोड़ी जी गल कर जा पंजा साहिब दा जी आप सब नु पता है मनाया भी जा रहा है परसों दीवान भी है मंजीत साहब उथे मैं अर्ज करांगा डिटेल नाल उथे जेडे दो सिंह शहीद होया एक भाई प्रताप सिंह जी ते एक भाई करम सिंह जी शहीद हुंदे कईआं ने 11 गिनती दित्ती 6 मेरा ख्याल जख्मी ने ते भाई प्रताप सिंह ते भाई करम सिंह उस वक्त शहीद नहीं होए भाई साहब मैं जिन्ना कोई हिस्ट्री क्योंकि उन्हां दा इतिहास बिल्कुल थोड़ा ਉਹ ਤਾਂ ਗੁਰਦੁਆਰੇ ਚ ਅਰਦਾਸ ਕਰਕੇ ਚੁੱਲੇ ਕੋਈ ਕੌਮ ਨੇ ਪ੍ਰੋਗਰਾਮ ਨਹੀਂ ਦਿੱਤਾ ਅਚਨਚੇਤ ਬੈਠੇ ਹੋਏ ਜਦੋਂ ਪਤਾ ਲੱਗਦਾ ਹੈ ਕਿ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਜਿਹੜੀ ਗੱਡੀ ਜਾ ਰਹੀ ਸੀ ਉਹਦੇ ਵਿੱਚ ਜਿਹੜੇ ਫੌਜੀ ਸਿੱਖ ਪੈਨਸ਼ਨ ਆਏ ਸਨ ਨਾ ਉਹ ਜਾਂਦੇ ਪਏ ਸਨ ਉਹਨਾਂ ਨੂੰ ਅੱਗੇ ਲਿਜਾ ਰਹੇ ਸਨ ਅਟਕਣ ਸਰਦਾਰ ਪ੍ਰਤਾਪ ਸਿੰਘ ਜਿਹੜੇ ਨੇ ਬਾਬਿਆਂ ਇਤਿਹਾਸ ਨੇ ਲਿਖਿਆ ਪਰ ਉਹਨਾਂ ਦੀ ਇੱਕ ਇੰਟਰਵਿਊ ਹੈ ਉਹਨਾਂ ਦੀ ਵਾਈਫ ਦੀ ਉਸ ਬੀਬੀ ਦਾ ਨਾਮ ਸੀ ਹਰਨਾਮ ਕੌਰ ਉਹ ਜਲੰਧਰ ਰਹਿੰਦੇ ਸਨ ਉਹਨੇ ਫਿਰ ਅੱਖਾਂ ਨਾਲ ਸਭ ਕੁਝ ਦੇਖਿਆ ਕਿਉਂਕਿ ਉਹ ਪਟੜੀ ਤੇ ਬੈਠੀ ਹੋਈ ਸੀ ਉਹਨੂੰ ਫਿਰ ਪੁੱਛਿਆ ਇਹ ਕਿਤਾਬ ਹੈ ਸਾਡੇ ਸ਼ਹੀਦ ਡਿਟੇਲ ਨਾਲ ਪੜਿਓ ਕੋਈ ਉਹਦੇ ਲਿਖਾਰੀ ਨੇ ਡਾਕਟਰ ਗਿਆਨੀ ਭਜਨ ਸਿੰਘ ਉਹਦੇ ਵਿੱਚ ਜਦੋਂ ਬੀਬੀ ਜੀ ਦੀ ਇੰਟਰਵਿਊ ਕਰਦੇ ਆ ਪੁੱਛਦੇ ਆ ਜੀ ਮੈਨੂੰ ਪੂਰਾ ਦੱਸੋ ਉੱਥੇ ਫਿਰ ਬੀਬੀ ਜੀ ਨੇ ਦੱਸਿਆ ਕਹਿੰਦੀ ਵੀ ਭਾਈ ਪ੍ਰਤਾਪ ਸਿੰਘ ਜੀ ਬਾਰੇ ਉਹ ਕਹਿੰਦੀ ਇਹ ਪਹਿਲਾਂ ਫੌਜ ਭਰਤੀ ਹੋ ਗਏ ਸ਼ਿਮਲੇ ਕਾਲੀ ਦਸਤਾਰ ਬੰਨ ਲਈ ਅੰਗਰੇਜ਼ ਨੇ ਵਿਰੋਧ ਕੀਤਾ ਉੱਥੇ ਕਹਿੰਦੀ 2 ਸਾਲ ਦਾ ਇੱਕ ਬੱਚਾ ਸੀ ਕਿਸੇ ਗੁਰਸਿੱਖ ਦਾ ਉਹਦੀ ਮੌਤ ਹੋ ਗਈ ਮੈਂ ਸਿਰਫ ਤੁਹਾਨੂੰ ਤਾਂ ਬੇਨਤੀ ਕਰਨ ਲੱਗਾ ਯਾਦ ਰੱਖਿਓ ਸਿੱਖੀ ਦੀਆਂ ਮੰਜ਼ਲਾਂ ਬਹੁਤ ਉੱਚੀਆਂ ਨੇ ਇਹਨਾਂ ਦਾ ਸੰਬੰਧ ਆ ਨਾਚ ਨਾਟਕ ਚੇਟਕ ਨਾਲ ਨਹੀਂ ਕਿਉਂਕਿ ਸਭ ਸਿਆਸੀਕਰਨ ਹੋ ਰਿਹਾ ਪੂਰੇ ਵਰਲਡ ਵਾਈਡ ਇਕੱਲਾ ਇੰਡੀਆ 'ਚ ਨਹੀਂ ਹੋ ਰਿਹਾ ਇਹ ਹੁਣ ਧਰਮ ਨਹੀਂ ਗਿਣਿਆ ਜਾ ਰਿਹਾ ਸਿਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਸਾਡੇ ਨਾਲ ਕਿੰਨੇ ਨੇ ਤੁਹਾਡੇ ਨਾਲ ਕਿੰਨੇ ਨੇ ਅਗਾਂਹ ਹੋਰ ਸਿਆਸਤ ਨਿਕਲਦੀ ਹੈ ਇਹਦੇ 'ਚ ਉਹ ਕਹਿੰਦੀ ਸ਼ਿਮਲੇ ਰਹਿੰਦਿਆਂ ਇਹ ਕਾਲੀ ਦਸਤਾਰ ਬੰਨਣ ਲੱਗ ਪਏ ਤੇ ਅੰਗਰੇਜ਼ ਅਫਸਰ ਨੇ ਕਿਹਾ ਵੀ ਕਾਲੀ ਦਸਤਾਰ ਨਹੀਂ ਤੂੰ ਬੰਨ ਸਕਦਾ ਕਿਉਂਕਿ ਵਿਰੋਧ ਸੀ ਉਦੋਂ ਪਹਿਲਾਂ ਕਾਲਾ ਨਹੀਂ ਸੀ ਰੰਗ ਬੰਨਿਆ ਜਾਂਦਾ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸ਼ੁਰੂ ਹੋਇਆ ਉਹਨੇ ਕਿਹਾ ਜੀ ਮੈਂ ਤੇ ਹੀ ਬੰਨਾਂਗਾ ਭਾਈ ਪ੍ਰਤਾਪ ਸਿੰਘ ਕਹਿੰਦੇ ਆ ਉਹ ਕਹਿੰਦਾ ਜੇ ਬੰਨੋਗੇ ਤੁਹਾਨੂੰ ਰਿਜਾਇਨ ਕਰਨਾ ਪਏਗਾ ਰਿਜਾਇਨ ਕਰਕੇ ਆ ਉਹਨਾਂ ਦਾ ਵਿਆਹ ਹੋਇਆ ਉਹ ਬੀਬੀ ਦੱਸਦੀ ਹੈ ਕਿ ਅਸੀਂ ਪੰਜਾ ਸਾਹਿਬ ਆ ਗਏ ਕੋਈ ਤਨਖਾਹ ਨਹੀਂ ਲਈ ਸੈਕਟਰੀ ਵੀ ਸਨ ਮੈਨੇਜਰ ਸਨ ਜਦੋਂ ਭਾਈ ਸਾਹਿਬ ਸ਼ਹੀਦ ਹੁੰਦੇ ਨੇ ਉਦੋਂ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਸਨ ਉਸ ਬੀਬੀ ਨੇ ਲਿਖਿਆ ਸੀ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਿਹੜੇ ਸਾਡੇ ਘਰ 'ਚ ਜੇਵਰ ਸਨ ਜੇਵਰ ਵੇਚ ਕੇ ਅਸੀਂ ਰੋਟੀ ਖਾਂਦੇ ਸੀ ਉਹਨਾਂ ਬੰਦਿਆਂ ਦੀ ਸੇਵਾ ਦੇਖੋ ਉਹ ਕਹਿੰਦੀ ਉੱਥੇ 2 ਸਾਲ ਦੇ ਬੱਚੇ ਦੀ ਮੌਤ ਹੋ ਗਈ ਸ਼ਿਮਲੇ ਕਿਸੇ ਦੀ ਉਹ ਗੁਰਸਿੱਖ ਕੀਰਤਨ ਕਰਦੇ ਗਏ ਕਹਿੰਦੇ ਪਤਾ ਮਨ 'ਚ ਫੁਰਨਾ ਬਣਾ ਲਿਆ ਜੇ ਮੇਰਾ ਪੁੱਤਰ ਹੋਇਆ ਖਿਆਲ ਹੀ ਬਣਾਇਆ ਤੇ ਜੇ ਉਹਦੀ ਇਸ ਉਮਰ 'ਚ ਮੌਤ ਹੋ ਗਈ ਤੇ ਮੈਂ ਭਾਣਾ ਇਸ ਤਰ੍ਹਾਂ ਮੰਨਾਂਗਾ ਜਿਵੇਂ ਇਹਨੇ ਮੰਨਿਆ ਦੇਖੋ ਫੁਰਨਾ ਕਿਹੋ ਜਿਹਾ ਬਣਾ ਲਿਆ ਉਹ ਬੀਬੀ ਦਾ ਨਾਮ ਹਰਨਾਮ ਕੌਰ ਸੀ ਭਾਈ ਸਾਹਿਬ ਦੇ ਘਰੋਂ ਉਹ ਕਹਿੰਦੀ ਜਦੋਂ ਇੱਥੇ ਆਏ ਵਿਆਹ ਤੋਂ ਬਾਅਦ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਜੀ ਭਾਈ ਪ੍ਰਤਾਪ ਸਿੰਘ ਹੁਣੀ ਬੜੀ ਭਾਵਨਾ ਵਾਲੇ ਸਨ ਕਹਿੰਦੀ 2 ਸਾਲ ਦਾ ਸਾਡਾ ਬੱਚਾ ਹੋ ਗਿਆ ਰੱਬ ਦੀ ਕਰਨੀ ਗਵਾਂਢੋਂ ਕਿਸੇ ਆ ਕੇ ਦੱਸਿਆ ਤੁਹਾਡਾ ਬੱਚਾ ਤਪਦੇ ਪਾਣੀ 'ਚ ਉਬਲਦੇ ਪਾਣੀ 'ਚ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ ਭਾਈ ਪ੍ਰਤਾਪ ਸਿੰਘ ਦਾ ਬੱਚਾ ਉਬਲਦੇ ਪਾਣੀ 'ਚ ਡਿੱਗਾ ਹੁਣ ਉਹਦੀ ਜਦੋਂ ਮੌਤ ਹੋਈ ਕਹਿੰਦੇ ਉਸ ਵਕਤ ਤੋਂ ਬੀਬੀ ਕਹਿੰਦੀ ਏ ਸਰਦਾਰ ਪ੍ਰਤਾਪ ਸਿੰਘ ਬੱਚਾ ਮੇਰਾ ਮਰ ਗਿਆ 2 ਸਾਲ ਦਾ ਸਾਡਾ ਕਹਿੰਦੀ ਉਸ ਵਕਤ ਬੈਂਡ ਬਾਜਿਆਂ ਵਾਲੇ ਸੱਦੇ ਇਹ ਹਿਸਟਰੀ ਹੈ ਕਹਿਣ ਲੱਗਾ ਰੋਣਾ ਨਹੀਂ ਇਹ ਉਹਦੀ ਦਿੱਤੀ ਦਾਤ ਸੀ ਜਿੰਨਾ ਤੇਰ ਦਿੱਤੀ ਸੇਵਾ ਕੀਤੀ ਹੁਣ ਬੈਂਡ ਬਾਜੇ ਵਜਾ ਕੇ ਤੇ ਖੁਸ਼ੀ ਖੁਸ਼ੀ ਨਾਲ ਉਹਦਾ ਭਾਣਾ ਮੰਨਣਾ ਜਿਸ ਤਰ੍ਹਾਂ ਦਿੱਤੀ ਉਸ ਤਰ੍ਹਾਂ ਉਹਨੇ ਲੈ ਲਈ ਬਸ ਇਹਦੇ ਨਾਲ ਇੰਨੀ ਕੁ ਝਾਤੀ ਮੈਂ ਤੁਸੀਂ ਜ਼ਰੂਰ ਮਾਰਨੀ ਹੈ ਸਿੱਖੀ ਦੀਆਂ ਮੰਜ਼ਲਾਂ ਕੀ ਨੇ ਕਹਿੰਦੀ ਬੱਚੇ ਦਾ ਅਸੀਂ ਅੰਤਿਮ ਸੰਸਕਾਰ ਕਰਕੇ ਆਏ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਇਹ ਖਜ਼ਾਨਚੀ ਸਨ ਤੇ ਭਾਈ ਕਰਮ ਸਿੰਘ ਜੀ ਜਿਹੜੇ ਨੇ ਇਹ ਆਨੰਦਪੁਰ ਸਾਹਿਬ ਦੇ ਮਹੰਤ ਸਨ ਆਪ ਜੀ ਨੂੰ ਪਤਾ ਹੋਵੇ ਸ਼ਾਇਦ ਇਹਨਾਂ ਦੇ ਪਿਤਾ ਜੀ ਮਹੰਤ ਸਨ ਗਿਆਨੀ ਭਗਵਾਨ ਸਿੰਘ ਜੀ ਉਹਨਾਂ ਦੇ ਬੇਟੇ ਸਨ
ਜਦੋਂ ਆ ਪਰ ਇਹ ਉਹ ਮਹੰਤ ਸ਼ਬਦ ਆ ਦੂਜਾ ਨਨਕਾਣਾ ਸਾਹਿਬ ਵਾਲੇ ਨਾ ਸਮਝਿਓ, ਇਹ ਪੰਥ ਪ੍ਰਸਤ ਹਨ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਚੱਲਿਆ, ਨਨਕਾਣਾ ਸਾਹਿਬ ਦਾ ਸਾਕਾ ਉਦੋਂ ਪਹਿਲਾਂ ਹੋ ਗਿਆ। ਗੁਰਮੁਖੋ 1920 ਤੋਂ ਲੈ ਕੇ 1925 ਤੱਕ ਦੀ ਸਿੱਖਾਂ ਦੀ ਹਿਸਟਰੀ ਜ਼ਰੂਰ ਪੜ੍ਹੋ, ਇਹਨਾਂ 5 ਸਾਲਾਂ 'ਚ ਪਤਾ ਲੱਗ ਜੂਗਾ ਇਹ ਗੁਰਦੁਆਰੇ ਆਜ਼ਾਦ ਕਿਵੇਂ ਹੋਏ ਸਨ। ਇਹ 5 ਸਾਲ ਨੇ। ਉਸ ਵਕਤ ਭਾਈ ਕਰਮ ਸਿੰਘ ਹੋਣੀ ਇਹ ਆਨੰਦਪੁਰ ਸਾਹਿਬ ਦੀ ਮਹੰਤੀ ਛੱਡ ਕੇ ਇਹਨਾਂ ਨੇ ਇੱਥੇ ਅੰਮ੍ਰਿਤਸਰ ਡੇਰੇ ਲਾ ਲਏ, ਇਹਨਾਂ ਨੇ ਛੱਡ ਦਿੱਤੀ ਸੀ, ਕਮੇਟੀ ਦੇ ਅਧੀਨ ਤਖਤ ਸਾਹਿਬ ਦੀ ਸੇਵਾ ਚਲੀ ਗਈ। ਇਹ ਕੀਰਤਨ ਬਹੁਤ ਸੋਹਣਾ ਕਰਦੇ ਸਨ ਜੀ। ਇਸ ਵਿੱਚ ਇਹਨਾਂ ਨਾਮ ਸੀ ਸੰਤ ਸਿੰਘ, ਜਿਹਨੂੰ ਭਾਈ ਕਰਮ ਸਿੰਘ ਜੀ ਕਹਿੰਦੇ ਹਨ। ਮੈਂ ਤਾਂ ਜ਼ਿਕਰ ਕਰ ਚੱਲਿਆ ਵਾਂ, ਦਿਨ ਥੋੜ੍ਹੇ ਰਹਿ ਗਏ ਨਾ, 100 ਸਾਲ ਹੋ ਚੱਲੇ। ਇਹਨਾਂ ਨਾਮ ਭਾਈ ਸੰਤ ਸਿੰਘ ਜੀ ਮਾਪਿਆਂ ਰੱਖਿਆ। ਕੁਛ ਵੀ ਕਹਿੰਦੇ ਅਕਸਰ ਸ਼ਬਦ ਜ਼ਿਆਦਾ ਗਾਉਂਦੇ ਸਨ, ਸੰਤਾਂ ਕੇ ਆਕਾਰਜ ਆਪ ਖਲੋਇਆ। ਸੰਤ ਸਿੰਘ ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹਜ਼ੂਰ ਸਾਹਿਬ ਜਾ ਕੇ ਉੱਥੇ ਜਦੋਂ ਅੰਮ੍ਰਿਤ ਛਕਿਆ, ਇਹਨਾਂ ਦਾ ਨਾਮ ਭਾਈ ਸੰਤ ਸਿੰਘ ਤੋਂ ਭਾਈ ਕਰਮ ਸਿੰਘ ਰੱਖ ਦਿੱਤਾ ਗਿਆ। ਭਾਈ ਕਰਮ ਸਿੰਘ ਉਹਨਾਂ ਨੇ ਸੇਵਾ ਕੀਰਤਨ ਬਹੁਤ ਕਮਾਲ ਦਾ ਕਰਦੇ ਸਨ। ਇੱਥੋਂ ਤੱਕ ਸ਼ਬਦ ਦੀ ਕਥਾ ਬੜੀ ਸੋਹਣੀ ਕਰਨੀ। ਇਹ ਫਿਰ ਗੁਰੂ ਧਾਮਾਂ ਦੇ ਦਰਸ਼ਨ ਕਰਨ ਲੱਗ ਪਏ। ਇਹ ਵੀ 50 ਸਾਲ ਪਹੁੰਚ ਗਏ ਇਹ ਕੀਰਤਨ ਕਰਨ, ਉੱਥੇ ਨਾਲੇ ਕਥਾ ਕਰਨ। ਗੁਰਮੁਖੋ ਜਦੋਂ ਇਹ ਗੱਡੀ ਇੱਥੋਂ ਜਾਣੀ ਸੀ ਜੀ ਅਟਕਣੀ, ਉੱਥੇ ਜੋ ਇਤਿਹਾਸ ਕਹਿੰਦਾ ਹੈ ਕਿ 2 ਗੱਡੀਆਂ ਪਹਿਲਾਂ ਲੰਘ ਚੁੱਕੀਆਂ ਸਨ। ਭਾਈ ਪ੍ਰਤਾਪ ਸਿੰਘ ਜਿਹੜਾ ਸਟੇਸ਼ਨ ਮਾਸਟਰ ਸੀ ਹਿੰਦੂ ਸੀ, ਉਹਨੂੰ ਜਾ ਕੇ ਕਿਹਾ ਵੀ ਸਾਨੂੰ ਦੱਸ। ਉਹਨੇ ਕਿਹਾ ਕੱਲ੍ਹ ਨੂੰ 8 ਵਜੇ ਆਉਣੀ ਹੈ ਗੱਡੀ। ਮੇਰੀ ਬੇਨਤੀ, ਕਈ ਸੱਜਣਾਂ ਨੇ 10 ਵਜੇ ਦਾ ਟਾਈਮ ਲਿਖਿਆ, ਜੋ ਉਹਨਾਂ ਦੇ ਪਰਿਵਾਰ ਕੋਲੋਂ ਜਿਹਨਾਂ ਨੇ ਅੱਖੀ ਵੇਖਿਆ ਬੀਬੀ ਪਟੜੀ ਉੱਤੇ ਬੈਠੀ ਸੀ, ਉਹਨਾਂ ਕਿਹਾ ਜੀ 8 ਵਜੇ ਆ ਕੇ ਗੁਰਦੁਆਰੇ ਗੱਲ ਕੀਤੀ। ਸੰਗਤ ਨੇ ਕਿਹਾ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਲੰਗਰ ਰਾਤ ਤਿਆਰ ਕਰੋ, ਸਿੰਘਾਂ ਨੂੰ ਲੰਗਰ ਛਕਣ ਤੋਂ ਬਿਨਾਂ ਆਪਾਂ ਜਾਣ ਨਹੀਂ ਦੇਣਾ। ਤਿਆਰੀ ਹੋ ਗਈ। ਉਹ ਜਦੋਂ ਸਟੇਸ਼ਨ ਤੇ ਆਇਆ ਤੇ ਉਸ ਦਿਨ ਜਿਹੜੇ ਸ਼ਬਦ ਆਸਾ ਕੀ ਵਾਰ ਦਾ ਕੀਰਤਨ ਕੀਤਾ ਉਹ ਭਾਈ ਕਰਮ ਸਿੰਘ ਜੀ ਨੇ ਕੀਤਾ। ਅਖੀਰਲਾ ਸ਼ਬਦ ਉਹਨਾਂ ਇਹ ਪੜਿਆ ਸੀ ਕਿ ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜਦੋਂ ਅੱਜ ਮੈਂ ਹਿਸਟਰੀ ਪੜ੍ਹਾਂ, ਮੇਰੇ ਮਨ 'ਚ ਆਇਆ ਭਾਈ ਲਕਸ਼ਮਣ ਸਿੰਘ ਧਾਰੋਵਾਲ ਵੀ ਇਹ ਸ਼ਬਦ ਹੁਕਮਨਾਮੇ ਆਏ ਸਨ, ਤਨ ਮਨ ਕਾਠ ਕਾਠ ਸਰ ਅਰਪੀ। ਸ਼ਬਦ ਪੜ੍ਹ ਕੇ ਚਲੇ ਗਏ। ਉੱਥੇ ਸਟੇਸ਼ਨ ਮਾਸਟਰ ਨੇ ਕਹਿ ਦਿੱਤਾ ਵੀ ਹੁਕਮ ਆ ਗਿਆ, ਗੱਡੀ ਰੋਕ ਨਹੀਂ ਸਕਦੀ। ਇਹ ਅਰਦਾਸ ਕਰਕੇ ਗਏ ਭਾਈ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਆਪ ਜੀ ਦੇ ਸਿੱਖ ਜਾ ਰਹੇ ਨੇ, ਭੁੱਖਣ ਭਾਣੇ ਨੇ, ਦਾਤਾਂ ਤੁਸੀਂ ਦਿੱਤੀਆਂ ਨੇ, ਮਿਹਰ ਕਰਿਓ ਅਸੀਂ ਉਹਨਾਂ ਸਿੰਘਾਂ ਦੀ ਸੇਵਾ ਪ੍ਰਸ਼ਾਦ ਰਾਹੀਂ, ਪ੍ਰਸ਼ਾਦ ਦੇ ਲੰਗਰ ਰਾਹੀਂ ਕਰ ਸਕੀਏ। ਗੁਰਮੁਖੋ ਅੱਜ ਤਾਂ ਸੱਚੀ ਮੁੱਚੀ ਗੁਰੂ ਸਾਹਿਬ ਮਿਹਰ ਕਰਨਗੇ। ਇੱਕ ਜਥੇਬੰਦੀ ਦੂਜੇ ਦਸ਼ੇਬੰਦੀ ਨੂੰ ਦੇਖਣਾ ਨਹੀਂ ਚਾਹੁੰਦੀ, ਇਹ ਸੱਚਾਈ ਦੇ। ਹਰ ਇੱਕ ਦਾ ਪੱਧਰ ਆਪੋ ਆਪਣਾ। ਜਿਹੜੇ ਗੱਡੀ 'ਚ ਬੈਠੇ ਨੇ ਉਹ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਦੇ ਰਿਸ਼ਤੇਦਾਰ ਨਹੀਂ, ਉਹਨਾਂ ਨੂੰ ਜਾਣਦੇ ਵੀ ਨਹੀਂ। ਗੁਰਮੁਖੋ ਸਾਡੀ ਅਰਦਾਸ ਨੇ ਇੰਨਾ ਏਕੇ 'ਚ ਪਰੋਇਆ ਸੀ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਸਰਬੱਤ ਖਾਲਸੇ ਨੂੰ। ਤੇ ਉਹਦੇ ਵਿੱਚ ਵੀ ਕਿਹਾ ਸੀ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਅਗਲੀਆਂ ਤੁਕਾਂ ਨੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹਿ, ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉੱਥੇ ਵਾਹਿਗੁਰੂ ਜੀ ਤੁਸੀਂ ਰਖਵਾਲੀ ਕਰਿਓ। ਇਹੋ ਜੀ ਪਿਆਰ ਵਾਲੀ ਸ਼ਬਦਾਵਲੀ ਮਿਲੇ ਕਿਤੇ। ਉਹ ਸਟੇਸ਼ਨ ਤੇ ਗਏ, ਸਟੇਸ਼ਨ ਮਾਸਟਰ ਨੇ ਕਿਹਾ ਜੀ ਗੱਡੀ ਰੁਕਣੀ ਨਹੀਂ। ਭਾਈ ਪ੍ਰਤਾਪ ਸਿੰਘ ਹੋਣੀ, ਭਾਈ ਕਰਨ ਸਿੰਘ ਕਹਿੰਦੇ ਅਸੀਂ ਅਰਦਾਸਾ ਕਰਕੇ ਆਏ ਹਾਂ। ਬੀਬੀ ਕਹਿੰਦੀ 200 ਕਰੀਬ ਉਹਨੇ ਗਿਣਤੀ ਦੱਸੀ ਜੀ। ਉਹ ਕਹਿੰਦੀ ਅੱਗੇ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ, ਕਹਿੰਦੀ ਮੈਂ ਮਰਦਾਂ ਤੋਂ ਥੋੜ੍ਹੀ ਜਿਹੀ ਅੱਗੇ ਬੈਠੀ ਸੀ। ਉਹ ਕਹਿੰਦੀ ਗੱਡੀ ਛੂਕਦੀ ਆਈ, ਉਹਨੇ ਆਪਣੇ ਵੱਲੋਂ ਹਾਰਨ ਮਾਰੇ, ਜੋ ਉਹਨੇ ਸੀਟੀਆਂ ਮਾਰੀਆਂ ਪੂਰੇ ਜ਼ੋਰ ਨਾਲ ਆਈ। ਕਹਿੰਦੀ ਉਹਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਜਦੋਂ ਵੱਜਿਆ ਆ ਕੇ ਇੰਜਨ, ਇਹ ਕਿਸੇ ਨੇ ਲਿਖਿਆ, ਉਹ ਕਹਿੰਦੀ ਮੈਂ ਅੱਖਾਂ, ਉਹਦਾ ਪਤੀ ਹੈ ਨਾ, ਕਹਿੰਦੀ ਇੱਥੇ ਜਬਾੜੇ 'ਤੇ ਵੱਜਿਆ, ਸਾਰਾ ਜਬਾੜਾ ਖੁੱਲ੍ਹ ਗਿਆ, ਮੱਥਾ ਫਟ ਗਿਆ। ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਗੱਡੀ ਦੇ ਵੀਲ ਵਿੱਚ ਆ ਗਏ, ਕਹਿੰਦੀ ਹੱਡੀਆਂ ਕੜਕੀਆਂ ਉਹਨਾਂ ਦੀਆਂ, ਇੱਕੋ ਦਮ ਗੱਡੀ ਰੋਕੀ। ਚਲਾਉਣ ਵਾਲਾ ਡਰਾਈਵਰ ਜਿਹੜਾ ਸੀ ਉਹ ਮੁਸਲਮਾਨ ਆਰਾਈ ਸੀ, ਉਹਨੇ ਗੱਡੀ ਆਪ ਨਹੀਂ ਰੋਕੀ। ਜਦੋਂ ਗੱਡੀ ਰੋਕੀ ਤੇ ਉੱਤੋਂ ਸਿੰਘਾਂ ਨੇ ਵੇਖਿਆ ਵੀ ਥੱਲੇ ਖੂਨ ਦੀਆਂ ਧਾਰਾਂ ਵਹਿ ਰਹੀਆਂ, ਸਿੰਘ ਜ਼ਖਮੀ ਵੀ ਹੋ ਗਏ, ਹੱਥ ਕੱਟੇ ਗਏ ਕਿਸੇ ਦੇ ਪੈਰ।
ਇੱਕੋ ਦਮ ਭਾਈ ਪ੍ਰਤਾਪ ਸਿੰਘ ਦੀ ਘਰਵਾਲੀ ਕਹਿੰਦੀ ਇਹਨਾਂ ਵੱਲ ਜਦੋਂ ਮੈਂ ਆਈ ਮੈਨੂੰ ਸੱਟਾਂ ਮੈਨੂੰ ਹੀ ਵੱਜੀਆਂ ਇਹਨਾਂ ਲਾਈ ਹੱਡੀਆਂ ਟੁੱਟੀਆਂ ਸਨ ਵਿੱਚ ਅੜੇ ਹੋਏ ਸਨ ਤੇ ਜਬਾਣਾ ਖੁੱਲਾ ਸੀ ਕਹਿਣ ਲੱਗੇ ਕਾਹਦੇ ਵਾਸਤੇ ਅਸੀਂ ਬੈਠੇ ਹਾਂ ਸਾਨੂੰ ਮਤ ਬਚਾਓ ਸਮਾਂ ਮਿਲਿਆ ਪਹਿਲਾਂ ਸਿੰਘਾਂ ਨੂੰ ਲੰਗਰ ਜ਼ਰੂਰ ਛਕਾ ਦਾ ਗੁਰਮੁਖੋ ਹੈਰਾਨਗੀ ਦੀ ਗੱਲ ਗੱਡੀ ਦੇ ਵਿੱਚ ਪੀੜੇ ਰਹੇ ਉਨੀ ਦੇਰ ਤੱਕ ਉਹ ਜਿਹੜੇ ਗੱਡੀ ਸਿੰਘ ਸੀ ਉਹਨਾਂ ਕਿਹਾ ਲੰਗਰ ਕੀ ਛਕਣਾ ਕਰਨਾ ਨਾਲ ਭਰਿਆ ਗਿਆ ਜੀ ਬੈਰਾਗ ਹੀ ਬੈਰਾਗ ਪਰ ਇਹ ਜ਼ਖਮੀ ਹੋਏ ਵੀ ਕਹਿਣ ਕਿ ਇੱਕ ਕੰਮ ਕਰੋ ਪਹਿਲਾਂ ਸੰਗਤ ਨੂੰ ਲੰਗਰ ਛਕਾਓ ਸਿੰਘਾਂ ਨੂੰ ਲੰਗਰ ਛਕਾਓ ਗੁਰਮੁਖੋ ਸੱਚੀ ਹੈ ਉਹਨਾਂ ਸੰਗਤ ਨੂੰ ਕਿਹਾ ਛਕਣਾ ਕਿ ਨਹੀਂ ਪਰ ਜਦੋਂ ਜ਼ੋਰ ਦਿੱਤਾ ਖੂਨ ਨਾਲ ਭਿੱਜਿਆ ਨੇ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਕੌਣ ਜਾਣਦਾ ਸੀ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੂੰ ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਸਿੱਖੀ ਦੀ ਦਾਤ ਹੈ ਮੇਰੀ ਫਿਰ ਬੇਨਤੀ ਜਿਹੜੇ ਵੀਰ ਭੈਣਾਂ ਭਟਕਦੇ ਪਏ ਹਨ ਯਾਦ ਰੱਖਿਓ ਸਾਰੀ ਦੁਨੀਆ ਘੁੰਮ ਲਿਆ ਜੇ ਗੁਰੂ ਗੋਬਿੰਦ ਸਿੰਘ ਵਰਗਾ ਪੰਥ ਕਿਤੋਂ ਨਹੀਂ ਤੁਹਾਨੂੰ ਮਿਲਣਾ ਤੁਸੀਂ ਸਾਡੇ ਵੱਲ ਨਾ ਦੇਖੋ ਖਿਮਾ ਕਰਿਓ ਲੀਡਰਾਂ ਵੱਲ ਨਾ ਦੇਖੋ ਤੁਸੀਂ ਗੁਰੂ ਗੋਬਿੰਦ ਸਿੰਘ ਵੱਲ ਝਾਤੀ ਮਾਰੋ ਤੇ ਆਪਣੇ ਬਜ਼ੁਰਗ ਸ਼ਹੀਦਾਂ ਵੱਲ ਝਾਤ ਚਲੋ ਬੈਠੇ ਨੇ ਭਾਈ ਸਤਵੰਤ ਸਿੰਘ ਦਾ ਜ਼ਿਕਰ ਕਰਨ ਨੂੰ ਨਹੀਂ ਮੈਂ ਰੈਸਕ ਦਾ ਦਿਨ ਆ ਰਿਹਾ ਕੀ ਉਹ ਕਿਹੜੀ ਜਥੇਬੰਦੀ ਨਾਲ ਸੰਬੰਧ ਸੰਜੀ ਯਾਦ ਰੱਖੋ ਜੋ ਮਰਜ਼ੀ ਪਿੱਛੋਂ ਕੋਈ ਦਾਵਾ ਕਰੀ ਜਾਏ ਜਦੋਂ ਗੁਰੂ ਨੇ ਕਿਸੇ ਤੋਂ ਸੇਵਾ ਲੈਣੀ ਹੈ ਪਤਾ ਨਹੀਂ ਕਿਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਸੇਵਾ ਲੈ ਕੇ ਸ਼ਹਾਦਤ ਦੀ ਦਾਤ ਮਿਲ ਜਾਣੀ ਹੈ ਉਹ ਕਹਿੰਦੀ ਵੀ ਸਾਰਿਆਂ ਨੂੰ ਲੰਗਰ ਛਕਾਇਆ ਉਸ ਤੋਂ ਬਾਅਦ ਸਰੀਰ ਖਿੱਚ ਕੇ ਬਾਹਰ ਕੱਢੇ ਖੱਡੀਆਂ ਟੁੱਟ ਚੁੱਕੀਆਂ ਸਨ ਗੁਰਮੁਖੋ ਇਹਨਾਂ ਫਿਰ ਦੋਨਾਂ ਜਿਹੜੇ ਜ਼ਖਮੀ ਸਨ ਹਸਪਤਾਲ ਲੈ ਗਏ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਨੂੰ ਇਹ ਫਿਰ ਗੁਰਦੁਆਰਾ ਪੰਜਾ ਸਾਹਿਬ ਲੈ ਗਏ ਚਲੋ ਮੈਂ ਪੰਜਾ ਸਾਹਿਬ ਦੀ ਹਿਸਟਰੀ ਤੁਸੀਂ ਸਾਰੇ ਜਾਣਦੇ ਹੋ ਬਲੀ ਕੰਧਾਰੀ ਵੱਲੋਂ ਇਹ ਇਲਾਕਾ ਅਫਗਾਨਾਂ ਦੇ ਰਾਜ ਚ ਵੀ ਰਿਹਾ ਇਹਨੂੰ ਜ਼ਿਆਦਾ ਆਬਾਦ ਜਿਹੜਾ ਸ਼ੇਰੇ ਪੰਜਾਬ ਵੱਲੋਂ ਤੇ ਖਾਸ ਕਰਕੇ ਹਰੀ ਸਿੰਘ ਜੀ ਨਲਵਾ ਵੱਲੋਂ ਕੀਤਾ ਗਿਆ ਇਸ ਗੁਰਦੁਆਰੇ ਦਾ ਮੈਂ ਗੁਰਦੁਆਰੇ ਸੰਬੰਧੀ ਕੁਛ ਨਹੀਂ ਕਿਹਾ ਦੋਨਾਂ ਦੇ ਸਰੀਰ ਫੱਟੜ ਹੋਏ ਉਹ ਕਹਿੰਦੀ ਜਬਾੜਾ ਸਾਰਾ ਪਾੜ ਪੈ ਚੁੱਕਾ ਸੀ ਲੈ ਗਏ ਭਾਈ ਕਰਮ ਸਿੰਘ ਕੁਝ ਘੰਟਿਆਂ ਤੋਂ ਬਾਅਦ ਦੀ ਸ਼ਹਾਦਤ ਦਾ ਜਾਮ ਪੀ ਗਏ ਭਾਈ ਪ੍ਰਤਾਪ ਸਿੰਘ ਇੱਕ ਦਿਨ ਕੱਢੇ ਮੈਂ ਇਸ ਕਰਕੇ ਉਸ ਇਤਿਹਾਸ ਨੂੰ ਸਰੋਤ ਬਣਾਇਆ ਕਿਉਂਕਿ ਭਾਈ ਸਾਹਿਬ ਦੀ ਘਰਵਾਲੀ ਤੇ ਉੱਥੇ ਬੈਠੀ ਹੋਈ ਸੀ ਉਹ ਕਹਿੰਦੀ ਜਬਾੜਾ ਖੁੱਲਿਆ ਹੋਇਆ ਸੀ ਦੂਜੇ ਦਿਨ ਅੰਮ੍ਰਿਤ ਵੇਲੇ ਕਹਿੰਦੀ ਹੈ ਵੇਖੋ ਮੈਂ ਕਹਿੰਦਾ ਸਿੱਖੋ ਮੇਰੇ ਮਨ 'ਚ ਬੜਾ ਆਇਆ ਮੈਂ ਸਾਰੇ ਗ੍ਰੰਥ ਜਿੰਨੇ ਕੁ ਹੋ ਸਕੇ ਇਕੱਠੇ ਕਰਨ ਦਾ ਯਤਨ ਕੀਤਾ ਮਨ 'ਚ ਆਇਆ ਮਨਾ ਇੱਥੇ ਸਭ ਕੁਝ ਖਾ ਕੇ ਵੀ ਲੋਕਾਂ ਦੇ ਜਬਾੜੇ 'ਚ ਸਵੇਰੇ ਵਾਹਿਗੁਰੂ ਨਹੀਂ ਨਿਕਲਦਾ ਹੋਏ ਜਪਜੀ ਸਾਹਿਬ ਨਹੀਂ ਪੜ੍ਹਦੇ ਜਬਾੜਾ ਖੁੱਲ੍ਹਾ ਸ਼ਹੀਦ ਹੋਣ ਤੋਂ ਪਹਿਲਾਂ ਹੱਡੀਆਂ ਚੂਰ ਹੋਈਆਂ ਉਸ ਸਿੱਖ ਨੇ ਬੋਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਸਲੋਕ ਪੜ੍ਹਿਆ ਤੇ ਨਾਲ ਹੀ ਸ਼ਹੀਦ ਹੋ ਗਏ ਮੈਂ ਆਪ ਨੂੰ ਬੇਨਤੀ ਕਰਾਂਗਾ 100 ਸਾਲ ਉਹਨਾਂ ਨੂੰ ਅਕਤੂਬਰ 3 ਨੂੰ ਹੋ ਜਾਣਾ ਅਸੀਂ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਅੱਜ ਯਾਦ ਪੈ ਕਰਦੇ ਹਾਂ ਮੈਂ ਖਿਮਾ ਕਰ ਦਿਓ ਮੈਂ ਪ੍ਰਬੰਧਕਾਂ ਨੂੰ ਕਿਉਂਕਿ ਮੈਂ ਜਾਣ ਕੇ ਆਪਣੇ ਵੱਲੋਂ ਵੀ ਲੈ ਲਿਆ ਸਬਜੈਕਟ ਕਿਉਂਕਿ ਸਾਨੂੰ ਪਤਾ ਲੱਗੇ ਉਹ ਕੌਣ ਸਨ ਭਾਈ ਪ੍ਰਤਾਪ ਸਿੰਘ ਬਹੁਤ ਕਰਨੀ ਕਮਾਲੀ ਫਿਰ ਹੈਰਾਨਗੀ ਦੀ ਗੱਲ ਪੁੱਤਰ ਮਰ ਚੁੱਕਾ ਸੀ ਬੀਬੀ ਕਹਿੰਦੀ ਹੈ ਜਿਸ ਵਕਤ ਮੈਂ ਗੱਡੀ ਦੀ ਲਾਈਨ ਤੇ ਬੈਠੀ ਸਾਂ ਮੇਰੀ ਕੁੱਖ 'ਚ ਬੱਚਾ ਸੀ ਭਾਈ ਸਾਹਿਬ ਦੀ ਦੂਸਰੀ ਸੰਤਾਨ ਸੀ ਪੁੱਤਰ ਮਰ ਚੁੱਕਾ ਸੀ ਕਹਿੰਦੇ ਨੇ ਉਹ ਮੇਰੀ ਕੁੱਖ 'ਚ ਬੱਚਾ ਸੀ ਉਸ ਵੇਲੇ ਮੈਂ ਕਹਿੰਦਾ ਹੈਰਾਨਗੀ ਦੀ ਗੱਲ ਕੁੱਖ 'ਚ ਪੁੱਤੀ ਬੱਚਾ ਹੋਵੇ ਤੇ ਉਹ ਮਾਈ ਕਿਹੋ ਜਿਹੀ ਗੁਰੂ ਦੀ ਸਿੱਧਕ ਸਿੱਖਾਂ ਨੂੰ ਕਰਦੀ ਹੋਈ ਲਾਈਨ ਤੇ ਬੈਠੀ ਭਾਈ ਸਾਹਿਬ ਸ਼ਹੀਦ ਹੋ ਗਏ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਬੱਚਾ ਪੈਦਾ ਹੋਇਆ ਅਸਲ 'ਚ ਉਹ ਬੇਟੀ ਸੀ ਉਹਦਾ ਨਾਮ ਜੋਗਿੰਦਰ ਕੌਰ ਸੀ ਉਹ ਜਲੰਧਰ ਰਹਿੰਦੇ ਹੁੰਦੇ ਸਨ ਮੈਂ ਸਿਰਫ ਤੁਹਾਨੂੰ ਇਹ ਬੇਨਤੀ ਕੀਤੀ ਪਿਆਰਿਓ ਇਹ ਸਾਡੀ ਹਿਸਟਰੀ ਹੈ ਆਪਾਂ ਕਿਹੜੇ ਪਾਸੇ ਤੁਰੇ ਫਿਰਦੇ ਮੈਂ ਫਿਰ ਅਰਜ਼ ਕਰਾਂਗਾ ਮੈਂ ਲਫ਼ਜ਼ ਉਸੇ ਤੇ ਆਉਣ ਲੱਗਾ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਜਿਨ੍ਹਾਂ ਨੂੰ ਗੁਰੂ ਲੜਨਾ ਲਾਏ ਰੱਬ ਲੜਨਾ ਲਾਏ ਉਹ ਦਰਵੇਸ਼